ਸਾਹਿਬ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਆਸਾਨੀ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਹੋਏ ਨੇ ਮਨਾਇਆ ਗਿਆ। ਪਰ ਸਤ ਸੰਗਤ ਜੀ ਮੈਂ ਬੇਨਤੀ ਕਰਾਂਗਾ ਦੋਵੇਂ ਹੱਥ ਜੋੜ ਕੇ ਅੱਜ ਲੋੜ ਹੈ ਸਾਨੂੰ ਸ੍ਰੀ ਬੇਸ਼ਕ ਸਾਡੇ ਘਰਾਂ ਦੇ ਵਿੱਚ ਕੋਠੀਆਂ ਉੱਤੇ ਅਸੀਂ ਕਿੰਨਾ ਵੀ ਖਰਚ ਕਰ ਲਈਏ ਪਰ ਜੇਕਰ ਵੇਖਿਆ ਜਾਵੇ ਉਸ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨ ਵਾਲਾ ਗੁਰਕਾ ਵੀ ਨਹੀਂ ਮਿਲਦਾ। ਜਦੋਂ ਥੋੜੇ ਜਿਹੀ ਵੀ ਨੇੜਤਾ ਕਰਾਂਗੇ ਥੋੜੀ ਜਿਹੀ ਵੀ ਆਪਣੇ ਜੀਵਨ ਦਾ ਥੋੜਾ ਜਿਹਾ ਕੀਮਤੀ ਸਮਾਂ ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਅੱਜ ਮਿਲਣਾ ਬਹੁਤ ਵੱਡਾ ਗਿਆਨ ਮਿਲਣਾ ਸਾਡੇ ਵਿੱਚ ਹੁਣੇ ਹੁਣੇ ਸਾਡੇ ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਪ੍ਰਧਾਨ ਰਾਸ਼ਟਰੀ ਸਿੱਖ ਸੰਗਤ ਦੇ ਆਲ ਇੰਡੀਆ ਕਾਰਜਕਾਰੀ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਮੋਖਾ ਜੀ, ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਸੂਬੇ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਮਲਿਕ ਜੀ, ਸਤਿਗੁਰ ਸੱਚੇ ਪਾਤਸ਼ਾਹ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਸਾਡੇ ਵਿੱਚ ਹਾਜ਼ਰ ਸੂਬਾ ਬਲਵਿੰਦਰ ਸਿੰਘ ਝੱਲ ਜੀ, ਚਾਰ ਸਾਹਿਬਜ਼ਾਦਿਆਂ ਨੂੰ ਜਦੋਂ ਅਸੀਂ ਯਾਦ ਕਰ ਰਹੇ ਹਾਂ ਤਾਂ 5 ਸਾਲ ਦੇ ਸਾਹਿਬਜ਼ਾਦੇ ਜਦੋਂ ਦੀਵਾਰ 'ਤੇ ਚੁਣਿਆ ਜਾ ਰਿਹਾ ਸੀਗਾ ਉਹ ਆਪਣੇ ਧਰਮ 'ਤੇ ਕਿਵੇਂ ਮਜ਼ਬੂਤ ਰਹੇ। ਭਰੀ ਸਭਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਆਪਣੇ ਆਪ ਵਿੱਚ ਕਿੰਨੀ ਵੱਡੀ ਗੱਲ ਸੀ ਔਰ ਉਹਨਾਂ ਨੇ ਪ੍ਰੇਰਣਾ ਕਿੱਥੋਂ ਲਈ ਆਪਾਂ ਇੱਕ ਵਿਚਾਰ ਕਰ ਲਈ ਅੱਜ ਫਿਰ ਉਹ ਕਹਿੰਦੇ ਜਿਹੜੇ ਇੰਨਾ ਕੂੜ ਦਾ ਜਿਹੜਾ ਪਸਾਰਾ ਬਣਿਆ ਇਹ ਕੂੜ ਤੋੜਨ ਵਾਸਤੇ ਸਾਨੂੰ ਕਰਨਾ ਕੀ ਪੈਣਾ, ਕਿਸ ਚਿਆਰਾ ਹੋਈਏ ਇਹ ਕੂੜੇ ਟੁੱਟੇ ਪਾ। ਉਹ ਕਹਿੰਦੇ ਮੇਰੇ ਇਹਨੂੰ ਤੋੜਨ ਵਾਸਤੇ ਕੀ ਕਰਨਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਫਿਰ ਸਾਨੂੰ ਸਫ਼ਰ ਤੇ ਖੜਨਾ ਪੈਣਾ, ਜੋ ਦਿੱਤਾ ਸ਼ੁਕਰਾਨਾ, ਜੋ ਦੇ ਰਿਹਾ ਸ਼ੁਕਰਾਨਾ, ਜੋ ਦੇਗਾ ਉਹ ਵੀ ਠੀਕ। ਗੀਤਾ ਕੀ ਕਹਿੰਦੀ ਹੈ, ਜੋ ਦਿੱਤਾ ਉਹ ਵੀ ਠੀਕ, ਜੋ ਹੋ ਰਿਹਾ ਉਹ ਵੀ ਠੀਕ, ਜੋ ਹੋਊਗਾ ਉਹ ਵੀ ਠੀਕ। ਅਜੀਤ ਸਿੰਘ ਜੀ, ਹਰਮਿੰਦਰ ਸਿੰਘ ਜੀ ਬੋਲੇ ਸੁਖਮਿੰਦਰਪਾਲ ਸਿੰਘ ਜੀ ਕਰੇ ਵਾਹਰ ਸਿੰਘ ਜੀ ਪੰਦੇਰ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਸਵਾਗਤ ਕਰਨਗੇ, ਸਨੀ ਜੀ ਹੋਣਗੇ, ਅਜੀਤ ਸਿੰਘ ਜੀ, ਸਨੀ ਜੀ, ਰਾਜਕੁਮਾਰ ਬੋਬੀ ਜੀ ਉਹਨਾਂ ਦਾ, ਰਾਜਕੁਮਾਰ ਮੈਂਡੋ ਜੀ ਜਿਹੜੇ ਸੈਕਟਰੀ ਨੇ ਇੱਕ ਮਿੰਟ ਖੁੱਲੇ ਖੁੱਲੇ ਉਜਵਾ ਰਹਿੰਦੇ ਸਭ ਸਵਾਗਤ ਹੁਣ ਸੁਖਮਿੰਦਰਪਾਲ ਇੱਧਰ ਆ ਜਾਣਾ ਲੱਗ ਮਾਣ ਮੇਨ ਮੋਟਿਵ ਹੈ ਇਸ ਦੇ ਵਾਸਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣੀਆਂ ਚਾਰ ਉਦਾਸੀਆਂ ਕੀਤੀਆਂ 45,000 ਵਰਗ ਕਿਲੋਮੀਟਰ ਯਾਤਰਾ ਕੀਤੀ ਉਸ ਦੇ ਅੰਦਰ ਅਲੱਗ ਅਲੱਗ ਸੰਪਰਦਾਵਾਂ ਨੂੰ ਜਾ ਕੇ ਮਿਲੇ ਉਹਨਾਂ ਨੂੰ ਅਕਾਲ ਪੁਰਖ ਦਾ ਜਿਹੜਾ ਉਦੇਸ਼ ਸੀਗਾ ਉਸ ਨੂੰ ਸਰਪਣ ਕਰਾਇਆ ਔਰ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਸਮਾਜ ਨੂੰ ਇੱਕ ਇੱਕ ਕਰਨ ਦੀ ਕੋਸ਼ਿਸ਼ ਕੀਤੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਜਿਹੜਾ ਉਸ ਸਮੇਂ ਬਾਬਰ ਦਾ ਅੱਤਿਆਚਾਰ ਹੋ ਰਿਹਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਨੂੰ ਗੱਲ ਕਹਿਣ ਦੀ ਕਿਸੇ ਰਾਜ ਦੇ ਖਿਲਾਫ਼, ਗੁਰੂ ਨਾਨਕ ਦੇਵ ਜੀ ਨੇ ਬੇਵਾਕ ਹੋ ਕੇ ਜੈਸੀ ਵਿਆਹ ਵੇ ਖਸਮ ਕੀ ਬਾਣੀ ਤੈਸਾ ਕਰੀ ਗਿਆਨ ਬਿਲਾਲੋ ਦੇ ਸ਼ਬਦ ਰਾਹੀਂ ਬਾਬਰ ਬਾਣੀ ਦੇ ਵਿੱਚ ਉਸ ਨੂੰ ਲਲਕਾਰਿਆ ਔਰ ਪਰਮਾਤਮਾ ਨੂੰ ਇੱਕ ਆਪਣਾ ਮਨ ਦੇ ਅੰਦਰੋਂ ਸੁਨੇਹਾ ਕਹਿ ਲਓ ਜਾਂ ਲਾਮਾ ਕਹਿ ਲਓ ਦਿੱਤਾ ਵੀ ਇੱਕ ਜੇ ਸ਼ੇਰ ਕਿਸੇ ਗਰੀਬ ਬੱਚੇ ਨੂੰ ਗਰੀਬ ਨੂੰ ਮਾਰ ਰਿਹਾ
ਤਾਂ ਉਹਦਾ ਤਾਂ ਦੋਸ਼ ਹੋਣਾ ਚਾਹੀਦਾ। ਜੇ ਬਰਾਬਰ ਦਾ ਬਰਾਬਰ ਦੇ ਨੂੰ ਮਾਰੇ ਤਾਂ ਕੋਈ ਉਹਦਾ ਦੋਸ਼ ਨਹੀਂ ਸੀ। ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਰਾਸ਼ਟਰ ਦੀ ਗੱਲ ਕੀਤੀ ਉਸ ਸਮੇਂ, ਨਾ ਕਿ ਉਹਨਾਂ ਨੇ ਆਪਣੇ ਜਿੱਥੇ ਪੈਦਾ ਹੋਏ ਸੀ ਨਨਕਾਣਾ ਸਾਹਿਬ ਜਾਂ ਭਾਈ ਲਾਲੋ ਜੀ ਦੇ ਅਹਿਮਦਾਬਾਦ ਜਿੱਥੇ ਬੈਠ ਕੇ ਬਾਰੀ ਉਚਾਰੀ, ਉਸ ਸਥਾਨ ਦੀ ਗੱਲ ਕੀਤੀ। ਉਹਨਾਂ ਸਾਰੇ ਦੇਸ਼ ਨੂੰ ਜੋੜਨ ਦੀ ਗੱਲ ਕੀਤੀ। ਉਹੀ ਜਿਹੜਾ ਦੇਸ਼ ਜੋੜਨ ਦੀ ਗੱਲ ਸੀ, ਸਰਬ ਸਾਂਝੀ ਬਾਲਤਾ ਦੀ ਗੱਲ ਸੀ, ਉਹ ਸੰਦੇਸ਼ ਅਸੀਂ ਸਾਰੇ ਦੇਸ਼ ਦੇ ਅੰਦਰ ਲੋਕਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਗੁਰੂ ਹੀ ਨਾ ਰਹਿਣ ਬਲਕਿ ਸਾਰੇ ਵਿਸ਼ਵ ਦੇ ਗੁਰੂ ਬਣਨ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹੈ ਉਹ ਵਿਸ਼ਵ ਦੇ ਗੁਰੂ ਬਣਨ। ਇਹ ਸੰਦੇਸ਼ ਅਸੀਂ ਲੋਕਾਂ ਦੇ ਵਿੱਚ ਦੇਣਾ ਚਾਹੁੰਦੇ ਹਾਂ ਇਸ ਮਾਧਿਅਮ ਦੇ ਨਾਲ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਤੇ। ਵਾਜੋ ਜਿਹੜਾ ਖੰਨੇ ਦੇ ਵਿੱਚ ਇਹ ਸਿੱਖ ਸੰਗਤ ਵੱਲੋਂ ਸਮਾਗਮ ਹੋਇਆ, ਕੀ ਇਹ ਖੰਨੇ ਦੇ ਵਿੱਚ ਹੈ ਜਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਕੋਈ ਅੱਜ ਦਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ? ਸਭ ਤੋਂ ਪਹਿਲਾਂ ਤਾਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪਰਵ ਪੂਰੇ ਦੇਸ਼ ਵਿੱਚ ਮਨਾਇਆ ਸੀਗਾ, ਜਿਹਦੇ ਵਿੱਚ ਪ੍ਰਮੁੱਖ ਪਟਨਾ ਸਾਹਿਬ ਸਾਰੇ ਜਾਂਦੇ ਹੋ। ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜੋ ਪ੍ਰਕਾਸ਼ ਪੁਰਬ ਹੈ ਪੂਰੇ ਹਿੰਦੁਸਤਾਨ ਵਿੱਚ ਮਨਾਇਆ ਜਾ ਰਿਹਾ, ਹਿੰਦੁਸਤਾਨ ਤੋਂ ਇਲਾਵਾ ਬਾਹਰ ਦੇ ਮੁਲਕਾਂ 'ਚ ਵੀ ਹੋ ਰਿਹਾ। ਮੈਂ ਪੰਜਾਬ ਪ੍ਰਧਾਨ ਦੇ ਨਾਤੇ ਪੰਜਾਬ ਦੀ ਗੱਲ ਕਰਾਂਗਾ ਕਿ ਅਸੀਂ ਬੱਚਿਆਂ ਨੂੰ ਨਾਲ ਜੋੜਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ 'ਚ ਰੱਖਦੇ ਹੋਏ, ਔਰ ਪੂਰੇ ਪੰਜਾਬ ਵਿੱਚ 100 ਸਕੂਲਾਂ 'ਚ ਅਸੀਂ ਪ੍ਰੋਗਰਾਮ ਕਰਵਾ ਚੁੱਕੇ ਹਾਂ। 2 ਕੈਟਾਗਰੀਆਂ ਨੇ, 8ਵੀਂ, 9ਵੀਂ, 10ਵੀਂ ਅਤੇ 11ਵੀਂ, 12ਵੀਂ। ਹਰ ਬੱਚੇ ਨੂੰ ਜੋ ਵੀ ਪਾਰਟੀਸਪੇਟ ਕਰਦਾ ਉਸਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਅਤੇ ਜੋ ਫਸਟ, ਸੈਕਿੰਡ, ਥਰਡ ਆਉਂਦੇ ਹਨ ਉਹਨਾਂ ਨੂੰ ਪੂਰੇ ਸਕੂਲ ਦੇ ਸਾਹਮਣੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਾ ਉਪਰਾਲਾ ਇਹ ਹੁੰਦਾ ਹੈਗਾ ਕਿ ਜਦੋਂ ਬੱਚਾ ਕੋਈ ਵੀ ਲੇਖ ਲਿਖਦਾ ਤਾਂ ਆਪਣੇ ਮਾਤਾ ਪਿਤਾ ਤੋਂ ਪੁੱਛਦਾ ਹੈ, ਸਕੂਲ ਦੇ ਸਟਾਫ ਤੋਂ ਪੁੱਛਦਾ ਹੈਗਾ, ਔਰ ਪੂਰਾ ਮਾਹੌਲ ਹੀ ਗੁਰੂ ਨਾਨਕ ਬਈ ਸਕੂਲ ਵਿੱਚ ਬਣ ਜਾਂਦਾ ਹੈਗਾ। ਔਰ ਅਸੀਂ ਟੋਟਲ 100 ਪ੍ਰੋਗਰਾਮਾਂ ਦਾ ਮਿੱਥਿਆ ਸੀਗਾ ਪੰਜਾਬ ਵਿੱਚ, ਪਰ ਖੁਸ਼ੀ ਦੀ ਗੱਲ ਇਹ ਹੈਗੀ ਹੈ, ਬਾਬੇ ਨਾਨਕ ਦੀ ਵੀ ਕਿਰਪਾ ਹੈਗੀ ਹੈ ਕਿ ਅਸੀਂ 150 ਸਕੂਲਾਂ ਦਾ ਟਾਰਗੇਟ ਪੂਰਾ ਕਰ ਚੁੱਕੇ ਹਾਂ, ਔਰ ਇਹ ਸਿਲਸਿਲਾ ਹਜੇ ਵੀ ਚੱਲਦਾ ਜਾ ਰਿਹਾ। ਉਮੀਦ ਹੈ ਆਉਣ ਵਾਲੇ ਟਾਈਮ ਇਸ ਤੋਂ ਵੀ ਜ਼ਿਆਦਾ ਸੰਖਿਆ ਦਾ ਅਸੀਂ ਪੂਰੀ ਸੰਗਤ ਨੂੰ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰਾਸ਼ਟਰੀ ਸਿੱਖ ਸੰਗਤ ਵੱਲੋਂ ਅਜੀਤ ਸਿੰਘ ਖਾਲਸਾ, ਸੰਨੀ ਖਾਲਸਾ ਹੋਰਾਂ ਨੇ ਸਾਰਿਆਂ ਨੇ ਮਿਲ ਕੇ ਸਾਧ ਸੰਗਤ ਨੇ ਰਾਸ਼ਟਰੀ ਸਿੱਖ ਸੰਗਤ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਿਹਾੜਾ ਮਨਾਉਣ ਦੀ, ਔਰ ਨਾਲ ਹੀ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ, ਜਿਹੜੀ ਲਸਾਨੀ ਸ਼ਹਾਦਤ ਆ, ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਕੀਤਾ। ਇਹਦਾ ਮੁੱਖ ਮੰਤਵ ਸਿੱਖ ਜਿਹੜੇ ਸਾਡੇ ਗੁਰੂ ਨੇ ਔਰ ਸਾਡੇ ਸ਼ਹੀਦ ਨੇ ਛੋਟੇ ਸਾਹਿਬਜ਼ਾਦੇ, ਉਹਨਾਂ ਦੀ ਜਿਹੜੀ ਚਰਚਾ ਹੈਗੀ ਆ ਉਹ ਘਰ ਘਰ ਦੇ ਵਿੱਚ ਜਾਵੇ, ਔਰ ਜਿਹੜੀ ਗੁਰਬਾਣੀ ਹੈਗੀ ਆ ਉਹਦਾ ਪ੍ਰਸਾਰ ਹੋਵੇ। ਸਾਡੇ ਜਿਹੜੇ ਬੱਚੇ ਨੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਔਰ ਆਪਣਾ ਜਿਹੜਾ ਅਮੀਰ ਜਿਹੜਾ ਉਹਨਾਂ ਨੂੰ ਗੁਰੂ ਸਾਹਿਬ ਨੇ ਇੱਕ ਐਡਾ ਵੱਡਾ ਗੁਰਬਾਣੀ ਬਖਸ਼ੀ ਹੈਗੀ ਆ, ਇੱਕ ਐਡਾ ਵੱਡਾ ਵਿਰਸਾ ਬਖਸ਼ਿਆ ਹੈਗਾ, ਉਹਦੇ 'ਤੇ ਪਹਿਰਾ ਦਿੰਦੇ ਹੋਏ ਉਹ ਅੱਗੇ ਵਧਣ, ਉਹਨਾਂ ਨੂੰ ਸਾਰਿਆਂ ਨੂੰ ਪਰਿਵਾਰਾਂ ਨੂੰ ਜੋੜਦੇ ਹੋਏ ਇਹ ਰਾਸ਼ਟਰੀ ਸਿੱਖ ਸੰਗਤ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਹੈਗਾ, ਔਰ ਇਹ ਦੁਨੀਆ ਭਰ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਔਰ ਗੁਰੂ ਨਾਨਕ ਦੇਵਾ ਸਿੱਖ ਸੰਗਤ ਵੱਲੋਂ ਹੋ ਰਿਹਾ ਹੈਗਾ। ਔਰ ਮੈਂ ਸਮਝਦਾ ਵੀ ਆਪਾਂ ਸਾਰੇ ਭਾਗਾਂ ਵਾਲੇ ਹੈਗੇ ਹਾਂ ਵੀ ਸਾਡੇ ਜੀਵਨ ਕਾਲ ਦੇ ਦੌਰਾਨ ਇਹ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸਾਨੂੰ ਮੌਕਾ ਮਿਲਿਆ, ਔਰ ਪਲੱਸ ਸਾਰਿਆਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਵੀ ਬਾਲ ਦਿਵਸ ਜਿਹੜਾ ਹੈਗਾ ਉਹ ਛੋਟੇ ਸਾਹਿਬਜ਼ਾਦਿਆਂ ਦੇ ਨਾਂ 'ਤੇ ਹੋਵੇ, ਨਾ ਕਿ ਜਿਹੜੇ ਰਾਜਨੀਤਿਕ ਲੋਕ ਰਾਜਨੀਤਿਕ ਆਗੂ ਸੀਗੇ ਉਹਨਾਂ ਨੇ ਕੀਤਾ ਕੁਛ ਨਹੀਂ, ਅਤੇ ਐਵੇਂ ਬਾਲ ਦਿਵਸ ਉਹਨਾਂ ਦੇ ਨਾਂ 'ਤੇ ਮਨਾਏ ਜਾ ਰਹੇ ਹੈਗੇ ਆ। ਜਿਹੜੀ ਵੱਡੀ ਸ਼ਹਾਦਤ ਸੀ ਦੇਸ਼ ਲਈ, ਕੌਮ ਲਈ, ਰਾਸ਼ਟਰ ਲਈ, ਉਹ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਸੀ, ਔਰ ਉਸ ਨੂੰ ਲੈ ਕੇ ਅਸੀਂ ਅੱਜ ਵਿਚਾਰ ਚਰਚਾ ਕੀਤੀ ਹੈਗੀ ਆ, ਔਰ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ, ਖਾਸ ਕਰਕੇ ਖਾਲਸਾ ਪੰਥ।